ਜੀ ਆ ਠੀਕ ਆ ਲੱਖ ਬਾਈ, ਰੁਪਇਆ ਮਾਤਾ ਸਾਡੀ ਗੱਡੀ 'ਚ ਛੱਡ ਗਈ ਸੀ ਬਟਾਲਿਆਂ ਤੋਂ ਕਾਦੀਆਂ ਅਤੇ ਬਟਾਲੇ ਤੋਂ ਕਾਦੀਆਂ ਇਸ ਟਾਈਮ 1 ਲੱਖ ਰੁਪਇਆ ਮੇਰੇ ਹੱਥ 'ਚ ਜੇ ਤੁਹਾਡੇ ਸਾਹਮਣੇ ਹੀ ਆ ਅਤੇ ਅਸੀਂ ਮਾਤਾ ਨੂੰ ਦੇਣ ਲੱਗੇ ਹਾਂ। 95-20 95-20 ਐਮ ਗੱਡੀ ਆ ਅਤੇ ਇਹ ਮਾਤਾ ਦਾ ਆਧਾਰ ਕਾਰਡ ਨੰਬਰ ਜੀ ਤੁਹਾਡਾ ਕੀ ਨਾਮ ਆ? ਕਾਰਡ ਨੰਬਰ ਜੂਮ ਕਰਨਾ ਮਾਤਾ, ਤੁਹਾਡਾ ਨਾਮ ਕੀ? ਚਿੰਦੀ ਨਹੀਂ ਸਿੱਧਾ ਨਾਮ ਸੁਰਿੰਦਰ ਕੌਰ। ਚਿੰਦੀ ਹਾਂ ਸ਼ਰਾਬ। ਪਿੰਡ ਕਿਹੜਾ ਮਾਤਾ ਜੀ ਆਪਣਾ ਜੀ? ਹੈ ਖੰਨਾ। ਕਿਹੜੀ ਇੱਥੇ ਕਿੱਦਾਂ ਖੰਨਾ ਹੈ? ਇਧਰ ਇਹ ਤੇ ਮੈਂ ਕੁੜੀ ਨੂੰ ਦੇਣਾ ਹੀ, ਕੁੜੀ ਦਾ ਵਿਆਹ ਹੈਗਾ। ਕਿਹੜੀ ਜਗ੍ਹਾ? ਆ ਇੱਥੇ ਕੋਲੇ ਹੀ ਆ ਆਪਣੇ। ਪੰਪ ਦੇ ਮਗਰ ਰਹਿੰਦੇ, ਖੋਖਰ ਵਾਲੇ ਪੰਪ ਦੇ ਮਗਰ। ਉਹ ਕੁੜੀ ਇੱਥੇ ਅੱਧਰਲਾ ਜਿਹੜਾ ਭੱਤੂ ਦੇ ਰੈਸਟੋਰੈਂਟ ਕੰਮ ਕਰਦੀ ਕੁੜੀ ਇਹਨਾਂ ਦੀ। ਅੱਛਾ, ਤੇ ਭੱਤੂ ਆਪਣਾ ਬੰਦਾ ਸਾਡਾ ਪਾਸ। ਆਹੋ, ਬੁਲਾ ਲੈਣਾ ਹੈ। ਹਾਂ ਆਹ ਲੋ ਭਰਾ, ਬੁਲਾ ਯਾਰ। ਉਹ ਭੱਤੂ ਨੂੰ ਫੋਨ ਕਰ ਲਾਂ, ਕਰ ਲਾ ਪਾਲਾ ਪਰ ਫੋਨ ਬਣਾ ਦੀ। ਸਰ ਮੈਂ ਪੰਜਾਬ ਰੋਡ ਬਟਾਲਾ ਡੀਪੂ ਦਾ, ਮੈਂ ਸੀਨੀਅਰ ਮੀਤ ਪ੍ਰਧਾਨ ਬਟਾਲਾ ਤੋਂ। ਸਰ ਇਹ ਸਾਡੇ ਇੱਕ ਕਨੈਕਟਰ ਔਰ ਡਰਾਈਵਰ ਵੱਲੋਂ ਮਿਸਾਲ ਦਿੱਤੀ ਗਈ ਹੈ, ਕਈ ਸਾਡੇ ਡਰਾਈਵਰ ਕਨੈਕਟਰ ਇਹਨਾਂ ਨੇ ਮਿਸਾਲਾਂ ਦਿੱਤੀਆਂ ਹੈ। ਅਸੀਂ ਸਮੇਂ ਸਮੇਂ 'ਤੇ ਆਪਣੇ ਕਨੈਕਟਰ ਡਰਾਈਵਰ ਨੂੰ ਗਾਈਡ ਕਰਦੇ ਰਹਿੰਦੇ ਹਾਂ ਕਿ ਕਿਸੇ ਵੀ ਸਵਾਰੀ ਦਾ ਕੋਈ ਵੀ ਸਮਾਨ ਵਾ ਜ਼ਰੂਰੀ ਹੁੰਦਾ ਵਾ ਉਹਨੂੰ ਅਸੀਂ ਕੰਟੈਕਟ ਵਿੱਚ ਲੈ ਕੇ ਵਾਪਸ ਕਰਦੇ ਹਾਂ। ਇਹ ਸਾਡੇ ਨਿਸ਼ਾਨ ਸਿੰਘ ਜੀ ਔਰ ਬਿੱਟੂ P112 ਡਰਾਈਵਰ ਆ, ਜਿਨ੍ਹਾਂ ਵੱਲੋਂ ਇਹ ਮਿਸਾਈਲ ਜਿਹੜੀ ਆ ਕਾਇਮ ਕੀਤੀ ਗਈ ਆ ਜੀ, ਕਿਉਂਕਿ ਸਮੇਂ ਸਮੇਂ 'ਤੇ ਇਹਨਾਂ ਨੇ ਬਹੁਤ ਵੱਡਾ ਕੰਮ ਕੀਤਾ ਹੈ, ਕਿਉਂਕਿ ਮਾਤਾ ਜੀ ਬਜ਼ੁਰਗ ਉਹਨਾਂ ਦੇ ਬੇਟੀ ਦਾ ਵਿਆਹ ਸੀ, ਉਹਦੇ ਵਾਸਤੇ ਉਹ ਪੈਸੇ ਲੈ ਕੇ ਜਾ ਰਹੇ ਸੀ ਅਤੇ ਜੋ ਕਿ ਉਹ ਖੰਨੇ ਤੋਂ ਆ ਰਹੇ ਸੀ, ਆਉਂਦੇ ਸਮੇਂ ਬਟਾਲਾ ਤੋਂ ਕਾਦੀਆਂ ਜਾ ਰਹੇ ਸੀ, ਉਹਦੇ ਵਿੱਚ ਉਹਨਾਂ ਦਾ ਬੈਗ ਜਿਹੜਾ ਪੈਸਿਆਂ ਵਾਲਾ ਰਹਿ ਗਿਆ ਅਤੇ ਸਾਡੇ ਡਰਾਈਵਰ ਕੰਡਕਟਰ ਨੇ ਜਿਹੜਾ ਉਹ ਬੈਗ ਉਹਨਾਂ ਨੂੰ ਵਾਪਸ ਕੀਤਾ ਜੀ। ਅਤੇ ਬਹੁਤ ਵੱਡੀ ਮਿਸਾਲ ਵਾ, ਅਸੀਂ ਤਾਂ ਮੰਗ ਕਰਦੇ ਹਾਂ ਸਰਕਾਰ ਕੋਲ ਕਿ ਜੋ ਸਾਡਾ ਸਟਾਫ ਆ ਬਹੁਤ ਵਧੀਆ ਵਾ ਅਤੇ ਇਹਨਾਂ ਨੂੰ 12-12, 15-15 ਸਾਲ ਹੋ ਗਏ ਜੀ ਕੰਡਕਟ ਔਰ ਆਊਟਸੋਰਸ 'ਤੇ ਕੰਮ ਕਰਦਿਆਂ। ਅਸੀਂ ਚਾਹੁੰਦੇ ਹਾਂ ਵੀ ਜਿਹੜੇ ਬੰਦੇ ਆਊਟਸੋਰਸ 'ਤੇ ਆ ਉਹਨਾਂ ਨੂੰ ਕੰਟੈਕਟ 'ਤੇ ਕਰਕੇ ਅਤੇ ਸਾਰੇ ਮੁਲਾਜ਼ਮਾਂ ਨੂੰ ਕੰਟੈਕਟ ਵਾਲੇ ਔਰ ਆਊਟਸੋਰਸ ਵਾਲੇ ਨੂੰ ਰੈਗੂਲਰ ਕੀਤਾ ਜਾਵੇ, ਕਿਉਂਕਿ ਭਗਵੰਤ ਸਿੰਘ ਮਾਨ ਉਹਨਾਂ ਨੇ ਸਰਕਾਰ ਬਣਨ ਸਮੇਂ ਕਿਹਾ ਸੀ ਵੀ ਅਸੀਂ ਇਹ ਸਾਰਾ ਸਟਾਫ ਜਿਹੜਾ ਉਹ ਰੈਗੂਲਰ ਕਰਾਂਗੇ। ਅਤੇ ਅਸੀਂ ਬੇਨਤੀ ਕਰਦੇ ਹਾਂ ਤੁਹਾਡੇ ਮਾਧਿਅਮ ਰਾਹੀਂ ਵੀ ਇਹ ਸਾਡਾ ਇਮਾਨਦਾਰ ਸਟਾਫ ਆ, ਇਹਨਾਂ ਨੂੰ ਕਮ ਸੇ ਕਮ ਪੱਕਾ ਕਰੋ ਔਰ ਸਾਰੇ ਸਾਡੇ ਜਿਹੜੇ ਨਵੇਂ ਮੁਲਾਜ਼ਮ ਵੀ ਆਏ ਆ ਘੱਟ ਤਨਖਾਹ 'ਤੇ ਉਹਨਾਂ ਦੀ ਤਨਖਾਹ ਵਧਾ ਕੇ ਸਮੇਂ ਦੇ ਹਿਸਾਬ ਨਾਲ ਉਹਨਾਂ ਨੂੰ ਵੀ ਰੈਗੂਲਰ ਕੀਤਾ ਜਾਵੇ। ਭਾਅ ਜੀ, ਵੀਡੀਓ ਮਾਤਾ ਇੱਕ ਸ਼ਿੰਦੀ ਨਾਂ ਦੀ ਮਾਤਾ ਸੀ ਜੋ ਖੰਨੇ ਤੋਂ ਪਿੱਛੋਂ ਚੱਲ ਕੇ ਨਾ ਅਤੇ ਕਾਦੀਆਂ ਆ ਰਹੀ ਸੀ, ਉਹਦੀ ਬੇਟੀ ਦਾ ਵਿਆਹ ਸੀ, ਜਿਹਦੇ ਕਾਰਨ ਕਰਕੇ ਨਾ ਉਹਨੇ ਆਪਣੀ ਬੇਟੀ ਦੇ ਵਿਆਹ 'ਤੇ ₹1.5-1.5 ਲੱਖ ਦੇਣਾ ਸੀ। ਉਹ ਫਿਰ ਜਿਹਦੇ ਕਰਕੇ ਸਾਨੂੰ ਮਾਤਾ ਸਾਡੇ ਕੋਲ ਪੈਸੇ ਸਾਡੀ ਗੱਡੀ 'ਚ ਛੱਡ ਗਈ, ਬਟਾਲੇ ਤੋਂ ਕਾਦੀਆਂ ਨੂੰ ਜਾ ਰਹੀ ਮਾਤਾ, ਉਹ ਫਿਰ ਸਾਨੂੰ ਪੈਸੇ ਉਹਦੇ ਵਾਪਸ ਕਰ ਦਿੰਦੇ। ਨਹੀਂ, ਪਹਿਲਾਂ ਤਾਂ ਅਸੀਂ ਜੀ ਅੱਡੇ ਦੇ ਵਿੱਚ ਕਾਫੀ ਲੋਕਾਂ ਨੂੰ ਪੁੱਛਿਆ ਅਲੱਗ ਅਲੱਗ, ਅਤੇ ਪੁੱਛ ਕੇ ਤਾਂ ਅਸੀਂ ਗੱਲਬਾਤ ਕੀਤੀ ਕਿ ਪੈਸੇ ਕਿਸੇ ਦੇ ਹੈਗੇ ਨੇ, ਜੇ ਕੋਈ ਆਪਣਾ ਆਈਡੀ ਪਰੂਫ ਦੱਸ ਸਕਦਾ ਵਿੱਚ ਅਤੇ ਉਹਨਾਂ ਦਾ ਆਈਡੀ ਪਰੂਫ ਹੀ ਵਿੱਚ ਤੂੰ ਆਪਣੇ ਪੈਸੇ ਲੈ ਲੈ। ਚਲੋ ਇਹਨਾਂ ਨੂੰ ਚਲੋ 1.25 ਘੰਟੇ ਬਾਅਦ ਮਾਤਾ ਆਈ, ਬਿਲਕਦੀ ਵਿਚਾਰੀ ਦੇ ਅੱਖਾਂ 'ਚ ਰੋਣ ਸੀ, ਅੱਥਰੂ ਕਰਨ ਡੇ। ਉਹਨੇ ਫਿਰ ਕਿਹਾ ਵੀ ਪੁੱਤਰ ਮੇਰੇ ਗੱਡੀ ਤੁਹਾਡੀ ਦੇ ਵਿੱਚ ਪੈਸੇ ਰਹਿ ਗਏ ਆ, ਮੇਰੀ ਧੀ ਦਾ ਵਿਆਹ ਸੀ, ਇਹਦੇ ਕਰਕੇ ਫਿਰ ਸਾਨੂੰ ਮੌਕੇ 'ਤੇ ਉਹਦੇ ਬਾਰੇ ਪਤਾ ਕਰਨਾ ਪਿਆ, ਉਹਦੀ ਵੀਡੀਓ ਬਣਾਉਣੀ ਪਈ,
ਵੀਡੀਓ ਬਣਾ ਕੇ ਤੇ ਸਾਨੂੰ ਨੈਟ ਤੇ ਹੋਰ ਵੀ ਆਪਣੇ ਪ੍ਰਧਾਨਾਂ ਨੂੰ ਡੀਪੂ ਸਾਹਿਬ ਪ੍ਰਧਾਨਾਂ ਨੂੰ ਸਾਰਿਆਂ ਨੂੰ ਦੱਸਣਾ ਪਿਆ ਕਿ ਆਹ ਗੱਲਬਾਤ ਆ, ਪ੍ਰਧਾਨਾਂ ਦੀ ਨੌਲੇਜ 'ਚ ਲਿਆ ਕੇ ਗੱਲਬਾਤ ਸਾਰੀ ਕਰਕੇ ਦੋ ਪੈਸੇ ਦੇਣੇ। ਪਹਿਲੇ ਮੇਰੇ ਨਾਲ ਡਰਾਈਵਰ ਚੱਲਦਾ ਇੱਕ P112 ਨੰਬਰ, ਉਦੋਂ ਨਾ iPhone 14 ਅਤੇ ਗੋਲਡ ਸੀ ਕੁਛ, ਉਹਨਾਂ ਦੇ ATM ਕਾਰਡ ਪੈਸੇ ਵੀ ਹੈਗੇ ਸੀ ਜਿਹੜੇ ਅਸੀਂ ਮੋਹਾਲੀ ਚੰਡੀਗੜ੍ਹ ਵੀ ਮੋੜ ਦੇ ਰਹੇ ਹਾਂ, ਕਿਉਂਕਿ ਭਾਅ ਜੀ 15 ਸਾਲ ਤੋਂ ਤਕਰੀਬਨ ਆਪ ਮੇਰੀ ਨੌਕਰੀ ਹੋ ਗਈ ਹੈ ਅਤੇ ਸਾਡੇ ਟਾਈਮ ਦੇ ਵਿੱਚ ਨਾ ਕਾਫੀ ਕੁਝ ਮੋੜ ਦੇ ਰਹੇ ਹਾਂ। ਨਹੀਂ ਭਾਅ ਜੀ, ਸਾਡੇ ਡਿਪੂ ਦੇ ਵਿੱਚ ਜਿਹੜੇ ਸਾਡੇ ਪ੍ਰਧਾਨ ਸਾਹਿਬਾਨ ਹਨ, ਤਕਰੀਬਨ ਡਿਪੂ ਵਾਈਜ਼ ਜਿੰਨੇ ਵੀ ਸਾਡੇ ਮੋਹਤਬਰ ਸਾਨੂੰ ਸੱਜਣ ਹੈ, ਉਹ ਸਾਨੂੰ ਕਾਫੀ ਗਾਈਡ ਕਰਦੇ ਇਸ ਪ੍ਰਤੀ ਵੀ ਸਾਨੂੰ ਇਹ ਸੋਚਣਾ ਚਾਹੀਦਾ ਕਿ ਜੇ ਪੈਸੇ ਕੋਈ ਕਿੱਥੋਂ ਬਣਾਉਂਦਾ, ਕੋਈ ਚੀਜ਼ ਕਿੱਥੋਂ ਬਣਾਉਂਦਾ, ਇਸ ਕਰਕੇ ਸਾਨੂੰ ਨਾ ਇਹ ਚੀਜ਼ ਉਹਨਾਂ ਦੀ ਵਾਪਸ ਕਰਨੀ, ਕਿਉਂਕਿ ਜੇ ਕਿਸੇ ਕਨੈਕਟਰ ਡਰਾਈਵਰ ਦੇ ਸਾਡੇ ਮਹਿਕਮੇ ਦੇ ਅੰਦਰ ਕਿਸੇ ਕਨੈਕਟਰ ਡਰਾਈਵਰ ਦੇ ਅੰਦਰ ਹੱਥ 'ਚ ਆ ਜਾਂਦੇ ਆ, ਉਹ ਤਾਂ 100 ਚੋਂ 90% ਮੈਂ 100% ਹੀ ਕਹਿੰਦਾ ਕਿ ਉਹ ਵਾਪਸ ਮੋੜ ਦਿੰਦਾ। ਜੇ ਕੋਈ ਸਵਾਰੀ ਲੈ ਜਾਂਦੀ ਤਾਂ ਉਹਦੀ ਕੋਈ ਕਨੈਕਟਰ ਡਰਾਈਵਰ ਦੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ। ਇਸ ਕਰਕੇ ਜੇ ਤਾਂ ਬੱਸ ਦੇ ਅੰਦਰ ਆ ਜਾਂਦੇ ਆ ਤਾਂ ਸਾਡੇ ਕੋਈ ਕਨੈਕਟਰ ਡਰਾਈਵਰ ਦੇ ਮਹਿਕਮੇ ਅੰਦਰ ਕਾਬੂ ਆ ਜਾਂਦੇ, ਉਹ ਚੀਜ਼ ਮੁੜੀ ਜਾਂਦੀ। ਅਸੀਂ ਤਾਂ ਭਾਅ ਜੀ ਇਹੀ ਆਉਂਦੇ ਹਾਂ ਕਿ ਸਵਾਰੀਆਂ ਨੂੰ ਕਹਿੰਦਾ ਵੀ ਸਵਾਰੀ ਵੀ ਆਪ ਖਿਆਲ ਰੱਖੇ, ਪਰ ਕਨੈਕਟਰ ਡਰਾਈਵਰ ਜਿੰਨੇ ਵੀ ਹੈਗੇ ਨੇ ਉਹਨਾਂ ਦੀ ਜ਼ਮੀਰ ਨਹੀਂ ਇਹ ਗੱਲ ਕਹਿੰਦੀ, ਚਾਹੇ ਕੱਚੇ ਹੋਣ ਚਾਹੇ ਪੱਕਾ ਬੰਦਾ ਹੋਏ, ਪਰ ਕਿਸੇ ਦਾ ਵੀ ਇਹ ਦਿਲ ਨਹੀਂ ਕਰਦਾ ਵੀ ਅਸੀਂ ਕਿਸੇ ਦਾ ਸਮਾਨ ਰੱਖੀਏ। ਇਹ ਤਾਂ ਚਲੋ ਸਵਾਰੀਆਂ ਦੀ ਆਪੋ ਆਪਣੀ ਸੋਚ ਹੁੰਦੀ ਹੈ, ਸੋਚ ਮੁਤਾਬਕ ਸਾਰੇ ਲੋਕ ਵੀ ਕਹਿੰਦੇ ਆ ਕਿ ਨੇ, ਪਰ ਕਨੈਕਟਰ ਡਰਾਈਵਰ ਦੇ ਹੱਥ ਭਾਅ ਜੀ ਜੇ ਕੋਈ ਚੀਜ਼ ਆ ਜਾਏ ਉਹਦੀ ਜ਼ਮੀਰ ਨਹੀਂ ਇਹ ਗੱਲ ਕਹਿੰਦਾ ਕਿ ਮੈਂ ਇਹ ਚੀਜ਼ ਰੱਖ ਸਕਾਂ।